अमृतसर पुलिस ने आज वड्डी सफलता लगी है। बीते दिन कटरा शेर सिंह दवाइया वाली मार्केट के 10 लाख रुपए की लुट की गई थी। 6 लुटेरों वालों लुट की वारदात को अंजाम दिया गया से, जिन्हों चो 4 नूं गिरफ्तार कर लिया गया है। इन्होंने कोलों 2 पिस्तौल, 1 मोटरसाइकिल, 50,000 रुपए की नकदी भी बरामद की गई है। इस सारे मामले संबंधी सुरेंद्र सिंह ACP हलका सेंटर वालों होर जानकारी दी गई। ये मामला इदा है जी, एक 6 तरीक नूं कटड़ा शेर सिंह एक NV सब्जी फार्मा की दुकान आ, मैडिकल स्टोर हैगा, उत्थे एक वारदात हुई सी। 6 तरीक रात नूं करीब 10 बजे 5 व्यक्ति आए सी मोटरसाइकलों ते विद वैपनस, और उत्थों उन्हां नूं डरा धमका के ते उत्थों उन्हां को पैसे खोह के लै गए सी जी। जिहदे विच 5 बंदे सी जी, 2 मोटरसाइकलों ते आए सी, और दुकानदार दे दसण मुताबक करीब 10 लाख रुपया उदों को इन्हां ने खोया सी जी। ਉਹਦੇ ਵਿੱਚ ਸਾਨੂੰ ਅੱਜ ਕਾਮਯਾਬੀ ਮਿਲੀ ਹੈ ਜੀ। ਆਪਾਂ 48 ਘੰਟਿਆਂ ਤੋਂ ਪਹਿਲਾਂ ਜਿਹੜਾ ਆਪਾਂ ਵਾਰਦਾਤ ਟਰੇਸ ਆਊਟ ਕਰ ਲਈ ਹੈ ਜੀ, ਮਾਨਯੋਗ CP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ, ਔਰ ADSP 1 ਸਾਹਿਬ ਸਰਦਾਰ ਮਹਿਤਾਬ ਸਿੰਘ ਹੋਰਾਂ ਦੇ ਦਿਸ਼ਾ ਨਿਰਦੇਸ਼ਾਂ ਦੇ, ਸਾਡੀਆਂ ਟੀਮਾਂ ਬਣਾਈਆਂ ਸੀ CIE ਦੀਆਂ, ਔਰ ਕਤਵਾਲੀ SHO ਸਾਹਿਬ ਸਾਡੇ ਜਸਪਾਲ ਸਿੰਘ ਹੋਰਾਂ, ਔਰ ਇਹਦੇ ਵਿੱਚ ਅਸੀਂ 4 ਵਿਅਕਤੀਆਂ ਨੂੰ ਹੁਣ ਤੱਕ ਇਹਦੇ ਵਿੱਚ ਗ੍ਰਿਫਤਾਰ ਕੀਤਾ ਹੈ ਜੀ। ਜਿਹਦੇ ਵਿੱਚ ਸਾਨੂੰ 2 ਵੈਪਨ 32 ਬੋਰ ਦੇ ਇਹਦੇ ਵਿੱਚ ਰਿਕਵਰ ਹੋ ਗਏ ਆ, 1 ਮੋਟਰਸਾਈਕਲ ਜਿਹੜਾ ਵਾਰਦਾਤ 'ਚ ਵਰਤਿਆ ਸੀ, ਔਰ ਪਲੱਸ ਕਰੀਬ 50,000 ਰੁਪਇਆ ਇਹਨਾਂ ਤੋਂ ਆਪਾਂ ਰਿਕਵਰ ਕਰ ਚੁੱਕੇ ਹਾਂ ਜੀ। ਬਾਕੀ ਦੋਸ਼ੀਆਂ ਬਾਰੇ ਸਾਡੀਆਂ ਜਿਹੜੀਆਂ ਟੀਮਾਂ ਲੱਗੀਆਂ ਹੋਈਆਂ ਫੜਨ ਵਾਸਤੇ, ਔਰ ਉਹਨਾਂ ਨੂੰ ਜਲਦੀ ਆਪਾਂ ਗ੍ਰਿਫਤਾਰ ਕਰਾਂਗੇ। CCTV ਦੇ ਵਿੱਚ ਕਿੰਨੇ ਜਣੇ ਦਿਖਾਈ ਦੇ ਰਹੇ ਨੇ, ਕਿੰਨੇ ਜਣੇ ਗ੍ਰਿਫਤਾਰ ਹੋਏ? CCTV ਦੇ ਵਿੱਚ ਤਾਂ ਕੁੱਲ 5 ਬੰਦੇ ਆਪਾਂ ਨੂੰ ਦਿਖਾਈ ਦੇ ਰਹੇ ਸੀ ਜੀ, ਜਿਹਦੇ ਵਿੱਚ 3 1 ਮੋਟਰਸਾਈਕਲ 'ਤੇ ਸੀ, 2 1 ਮੋਟਰਸਾਈਕਲ 'ਤੇ ਸੀ, ਔਰ 5 ਬੰਦੇ ਹੀ ਦੁਕਾਨ ਦੇ ਅੰਦਰ ਐਂਟਰ ਕੀਤੇ ਸੀ। ਔਰ ਜੋ CCTV 'ਚ ਨਜ਼ਰ ਆ ਰਿਹਾ, ਇਹਨਾਂ ਕੋਲ 6 ਵੈਪਨ ਸੀ ਜੀ ਉਸ ਵੇਲੇ, ਔਰ ਇਹਨਾਂ ਨੇ ਬੜੀ ਮਤਲਬ ਦਲੇਰੀ ਨਾਲ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਹ ਹੁਣ ਜਿਹੜੀ ਆਪਣੀ ਫਰਦਰ ਇਨਵੈਸਟੀਗੇਸ਼ਨ ਹੋਈ ਆ, ਇਨਵੈਸਟੀਗੇਸ਼ਨ ਦੇ ਵਿੱਚ ਟੋਟਲ 7 ਜਣੇ ਆ। 7 ਦੇ ਵਿੱਚੋਂ 1 ਸੁਨੀਲ ਕੁਮਾਰ ਨਾਂ ਦਾ ਵਿਅਕਤੀ ਆ, ਜਿਹੜਾ ਗੋਦਾਮ ਮਹੱਲੇ ਦਾ ਰਹਿਣ ਵਾਲਾ ਆ, ਔਰ ਉਹਦਾ ਉੱਥੇ ਉਸ ਮਾਰਕੀਟ ਦੇ ਆਉਣਾ ਜਾਣਾ ਸੀ, ਉੱਥੇ ਕੰਮ ਵੀ ਕਰਦਾ ਰਿਹਾ ਪਹਿਲਾਂ, ਔਰ ਉਹ ਬੇਸਿਕਲੀ ਉਹਨੇ ਇਹਨਾਂ ਨੂੰ ਸਾਰੀ ਇਹਦੀ ਰੈਕੀ ਕਰਵਾਈ ਸੀ, ਔਰ 1 ਦਿਨ ਪਹਿਲਾਂ ਇਹ ਬੰਦੇ ਆਣ ਕੇ ਰੈਕੀ ਕਰਕੇ ਗਏ ਸੀ ਦੁਕਾਨ ਦੀ, ਔਰ ਉਹਦੀ ਹੀ ਸਾਰੀ ਸਕੀਮ ਦੇ ਤਹਿਤ ਇਹਨਾਂ ਨੇ ਫਿਰ ਉਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਆ। ਸੁਨੀਲ ਕੁਮਾਰ ਅਸੀਂ ਗ੍ਰਿਫਤਾਰ ਕਰ ਲਿਆ, ਔਰ ਇਹਦੇ ਵਿੱਚ ਇੱਕ ਗੁਰਜਿੰਦਰ ਸਿੰਘ, ਔਰ ਪ੍ਰਿੰਸਪਾਲ ਸਿੰਘ, ਔਰ ਇੱਕ ਵਿਅਕਤੀ ਹੈਗਾ ਜੀ ਸਾਡਾ ਮਨਮੋਹਨ ਸਿੰਘ ਮੋਹਣ, ਇਹ ਆਪਾਂ 4 ਵਿਅਕਤੀਆਂ ਨੂੰ ਅਜੇ ਤੱਕ ਇਹਦੇ 'ਚ ਗ੍ਰਿਫਤਾਰ ਕੀਤਾ। ਇਹ ਜਿਹੜੇ ਇਹਨਾਂ ਦੇ ਖਿਲਾਫ਼ ਪਹਿਲਾਂ ਆਲਰੇਡੀ ਮੁਕਦਮੇ ਦਰਜ ਹੈ, ਜਿਹੜਾ ਸੁਨੀਲ ਹੈਗਾ ਇਹ ਤਾਂ ਹੈਗਾ ਗੋਦਾਮ ਮਹੱਲੇ ਦਾ ਰਹਿਣ ਵਾਲਾ, ਇਹਦੇ ਖਿਲਾਫ਼ ਐਨ DI ਦੇ ਵਗੈਰਾ ਪਰਚੇ 3 ਮੁਕਦਮੇ ਇਹਦੇ ਪਹਿਲਾਂ ਦਰਜ ਹੈਗੇ ਆ, ਅਤੇ ਜਿਹੜਾ ਪ੍ਰਿੰਸਪਾਲ ਸਿੰਘ ਆ ਇਹਦੇ ਖਿਲਾਫ਼ ਵੀ 2 ਮੁਕਦਮੇ ਦਰਜ ਨੇ, ਐਨ DI ਦਾ ਔਰ ਇੱਕ ਹੋਰ ਪਰਚਾ ਦਰਜ ਆ। ਗੁਰਜਿੰਦਰ ਦੇ ਖਿਲਾਫ਼ ਵੀ 1 NDI ਦਾ ਪਰਚਾ ਦਰਜ ਆ, ਔਰ ਜਿਹੜਾ ਹੈਗਾ ਮਨਮੋਹਨ ਸਿੰਘ ਉਹਦਾ ਅਸੀਂ ਵੈਰੀਫਾਈ ਕਰ ਰਹੇ ਹਾਂ ਰਿਕਾਰਡ ਫਿਲਹਾਲ, ਉਹਦੇ ਸਾਹਮਣੇ ਕੋਈ ਰਿਕਾਰਡ ਦੇ ਵਿੱਚ ਤਾਂ ਉਹਦੇ ਖਿਲਾਫ਼ ਕੋਈ ਪਰਚਾ ਦਰਜ ਹੋਣਾ ਨਹੀਂ ਪਾਇਆ ਗਿਆ, ਪਰ ਉਹਨੇ ਕੋਈ ਵਾਰਦਾਤਾਂ ਕੀਤੀਆਂ ਕਿ ਨਹੀਂ ਕੀਤੀਆਂ ਉਹਦੇ ਬਾਰੇ ਅਸੀਂ ਇਹ ਵੈਪਨ ਨਹੀਂ ਦੇਸੀ ਨੇ ਵੈਪਨ ਜੀ, ਇਹ 32 ਬੋਰ ਦੇ ਆ, ਔਰ ਇਹ ਇਹਨਾਂ ਦੀ ਇਨਵੈਸਟੀਗੇਸ਼ਨ ਆਪਣੇ ਇਹਨਾਂ ਦੀ ਇੰਟਰੋਗੇਸ਼ਨ ਮੁਤਾਬਕ ਇਹ MP ਤੋਂ ਲੈ ਕੇ ਆਏ ਨੇ ਜੀ। ਤਾਂ ਸਰ ਪੈਸੇ ਕਿੰਨੇ ਬਰਾਮਦ ਹੋਏ ਇਹਨਾਂ ਦੇ ਕੋਲ? ਪੈਸੇ ਫਿਲਹਾਲ ਤਾਂ ਜੀ ਕਰੀਬ 55,000 ਰੁਪਇਆ ਬਰਾਮਦ ਹੋਇਆ ਹੈ, ਅਤੇ ਬਾਕੀ ਜਿਹੜਾ ਇਹਨਾਂ ਕਿਉਂਕਿ ਜੋ ਇਹਨਾਂ ਦੀ ਇੰਟਰੋਗੇਸ਼ਨ 'ਚ ਆਇਆ ਵੀ ਕਰੀਬ 4,10,000 ਰੁਪਏ ਇਹਨਾਂ ਨੇ ਉੱਥੋਂ ਲੁੱਟਿਆ ਸੀ, ਦੁਕਾਨਦਾਰ ਨੇ ਤਾਂ 10 ਲੱਖ ਕਿਹਾ ਸੀ, ਪਰ ਇਹਨਾਂ ਦੀ ਇੰਟਰੋਗੇਸ਼ਨ ਮੁਤਾਬਕ 4,10,000 ਰੁਪਏ ਲੁੱਟਿਆ, ਜਿਹ 'ਚੋਂ ਇਹਨਾਂ ਨੂੰ 60-70 ਹਜ਼ਾਰ ਰੁਪਏ ਇਹਨਾਂ ਦੇ ਹਿੱਸੇ ਆਇਆ ਸੀ, ਜਿਹਦੇ ਵਿੱਚੋਂ ਕੁਝ ਇਹਨਾਂ ਨੇ ਪੈਸੇ ਖਰਚ ਲਏ, ਕੁਝ ਕੱਪੜੇ ਲੈ ਲਏ, ਔਰ ਬਾਕੀ ਜਿਹੜੇ ਆਪਾਂ 50,500 ਦਾ ਫਿਲਹਾਲ ਰਿਕਵਰ ਕਰ ਲਿਆ, ਬਾਕੀ ਫਰਦਰ ਆਪਾਂ ਰਿਕਵਰੀ ਜਿਹੜੀ ਚੱਲ ਰਹੀ ਆ। ਇਹਦੇ ਵਿੱਚ ਜਿਹੜਾ ਇੱਕ ਮੇਨ ਗੱਲ ਇਹ ਆ ਵੀ ਇੱਕ ਜਿਹੜਾ ਵਿਅਕਤੀ ਫੜਨ ਵਾਲਾ ਆ ਉਹ ਹੈਗਾ ਲਿਮਕਾ ਰੋਹਿਤ ਏਲੀਅਸ ਲਿਮਕਾ, ਫਤਿਹ ਸਿੰਘ ਕਲੋਨੀ ਦਾ ਰਹਿਣ ਵਾਲਾ ਆ, ਉਹ ਆਇਆ ਸੀ ਇਹਨਾਂ ਦੇ ਨਾਲ, ਉਹ 2 ਬੰਦਿਆਂ ਨੂੰ ਉਹਨਾਂ ਨੇ ਹੋਰ ਹਾਇਰ ਕੀਤਾ ਸੀ, ਉਹ ਲਿਮਕੇ ਨੂੰ ਪਤਾ ਵੀ ਕੌਣ ਸੀ ਬੰਦੇ, 4 ਵੈਪਨ ਉਹਨਾਂ ਕੋਲ ਨੇ, ਉਹਨਾਂ ਦੇ ਬਾਰੇ ਵੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ, ਉਹਨਾਂ ਨੂੰ ਆਪਾਂ ਜਲਦੀ ਗ੍ਰਿਫਤਾਰ ਕਰਾਂਗੇ, ਔਰ ਉਹ ਬਾਕੀ ਵੈਪਨਾਂ ਦੀ ਰਿਕਵਰੀ ਔਰ ਪੈਸਿਆਂ ਦੀ ਰਿਕਵਰੀ ਉਹਨਾਂ ਕੋਲ। ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ, ਪੰਜਾਬ ਟੁਡੇ।